ਜੁੱਦਣੇ ਨਾਲ ਸਾਰੇ ਸਵਾਲਾਂ ਦੇ ਜਵਾਬ ਗਰਾਉਂਡ ਲੈਵਲ ਦੇ ਤੇ ਤੁਸੀਂ ਦੇ ਦਿਓਗੇ ਕੁਝ ਕਰਕੇ ਵਿਖਾ ਦਿਓਗੇ ਉਸ ਦਿਨ ਸਿੱਖੀ ਨੂੰ ਸਿੱਖ ਧਰਮ ਨੂੰ ਤੇ ਸਿਖਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਸੇ ਤਰ੍ਹਾਂ ਦਾ ਡਰ ਨਹੀਂ ਤੇ ਇੱਕ ਗੱਲ ਹੋਰ ਯਾਦ ਰੱਖਿਓ ਵੀ ਲੋਕੀ ਤੁਹਾਡੇ ਵੱਲ ਖਿੱਚੇ ਤੁਰੇ ਆਉਣਗੇ ਲੋਕੀ ਤੁਹਾਡੇ ਕੋ ਆਣ ਕੇ ਆਪ ਕਹਿਣਗੇ ਵੀ ਸਾਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਲਓ ਇਕੱਲੇ ਪ੍ਰਚਾਰ ਦੇ ਨਾਲ ਕੁਝ ਨਹੀਂ ਹੋਣਾ ਪ੍ਰਚਾਰ ਬੜਾ ਹੋ ਰਿਹਾ ਹੈ ਬڑے-ਬڑے ਕੀਰਤਨ ਸਮਾਗਮ ਹੋ ਰਹੇ ਨੇ। بڑے-ਬڑے ਮਹਾਪੁਰਖਾਂ ਦੇ ਸਮਾਗਮ ਹੋ ਰਹੇ ਨੇ। ਬਹੁਤ ਕੁਝ ਐਸਾ ਕੀਤਾ ਜਾ ਰਿਹਾ ਹੈ ਪਰ ਜਿਹੜੇ 8-9 10 ਸਵਾਲ ਕੀਤੇ ਨੇ ਪਹਿਲਾਂ ਇਹਨਾਂ ਨੂੰ ਹੱਲ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿਛਲੇ ਦਿਨੀਂ ਸੰਗਤਾਂ ਨੇ ਬੜਾ ਵੱਡਾ ਇਕੱਠ ਕੀਤਾ ਹੈ। ਜਨੇ ਪੰਥਦਰਦੀ ਪ੍ਰਚਾਰਕ ਨੇ ਸਿੱਖ ਨੇ ਸਾਰੇ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਕਦੇ ਸਿੱਖ ਆਪਣਾ ਧਰਮ ਛੱਡ ਕੇ ਇਸਾਈ ਬਣਦੇ ਜਾ ਰਹੇ ਨੇ ਚਿੰਤਾ ਦਾ ਵਿਸ਼ਾ ਹੈ ਵੀ ਜ਼ਰੂਰੀ ਹੈ ਕਿਉਂਕਿ ਗੱਲ ਵੀ ਸਹੀ ਹੈ ਇਹ ਜਿਹੜੇ ਹਮਲੇ ਨੇ ਇਹ ਹੁਣ ਤੋਂ ਨਹੀਂ ਬੜੇ ਸਮੇਂ ਤੋਂ ਕਈ ਰੂਪਾਂ ਤੋਂ ਸਿੱਖ ਧਰਮ ਤੇ ਹੁੰਦੇ ਆਏ ਨੇ ਤੇ ਹੁਣ ਵੀ ਹੋ ਰਹੇ ਨੇ ਤੇ ਚਿੰਤਾ ਕਰਨੀ ਬਣਦੀ ਵੀ ਹੈ ਜਿੱਥੇ ਸਿੱਖ ਪ੍ਰਚਾਰਕ ਸਿੱਖ ਸੰਗਤਾਂ ਰੋਸ ਕਰ ਰਹੀਆਂ ਨੇ ਚਿੰਤਾ ਜ਼ਾਹਰ ਕਰ ਰਹੀਆਂ ਨੇ ਉਥੇ ਹੀ ਇੱਕ ਨਖੱਟੂ ਅਖੌਤੀ ਪ੍ਰਚਾਰਕ ਆਪਣੇ ਆਪ ਨੂੰ ਪੰਥਦਰਦੀ ਹੋਣ ਦਾ ਦਿਖਾਵਾ ਕਰ ਰਿਹਾ ਤੇ ਇਹ ਗੱਲ ਕਹਿ ਰਿਹਾ ਹੈ ਵੀ ਮੈਨੂੰ ਮੌਕਾ ਦਿਓ ਮੈਂ ਸਾਰੀ ਦੁਨੀਆ ਨੂੰ ਸਿੱਖ ਬਣਾ ਦਿਆਂਗਾ ਅਮਰ ਸ਼ਕਾ ਦਿਆਂਗਾ ਮੈਨੂੰ ਰੋਕਿਓ ਨਾ ਭਾਈ ਤੈਨੂੰ ਕਿੰਨੇ ਰੋਕਿਆ ਹੈ ਰੋਜ਼ ਤਾਂ ਕੈਮਰੇ ਅੱਗੇ ਬਹਿ ਕੇ ਜੱਬਲੀਆਂ ਮਾਰਦਾ ਹੈ ਨਿੰਦਿਆ ਕਰਦਾ ਹੈ ਜਿੱਦੇ ਸੁਣਨਾ ਤੈਨੂੰ ਸੁਣ ਹੀ ਲੈਣਾ ਹੈ ਇਸ ਤਰ੍ਹਾਂ ਦੇ ਜਿਹੜੇ ਮੌਕਾ ਪ੍ਰਸਤ ਲੋਕ ਨੇ ਇਹਨਾਂ ਤੋਂ ਵੀ ਬਚਣ ਦੀ ਲੋੜ ਹੈ ਮਾਪਨੇ ਵਿਸ਼ੇ ਵੱਲ ਆਵਾਂ ਟਾਈਟਲ ਤੁਸੀਂ ਪੜਿਆ ਹੈ ਵੀ ਇਹ ਜਿਹੜੇ ਇਕੱਠ ਹੋਇਆ ਹੈ ਇਹ ਦੇ ਕੇ ਚਿੰਤਾ ਨਾ ਕਰੋ ਹੁਣ ਦੇਖਣ ਤੇ ਸੁਣਨ ਵਾਲੇ ਕਹਿਣਗੇ ਵੀ ਚਿੰਤਾ ਕਿਉਂ ਨਾ ਕਰੀਏ ਸਿੱਖ ਸੰਗਤਾਂ ਨੂੰ ਇੱਕ ਬੇਨਤੀ ਕਰਾਂਗਾ ਤੇ ਗੁਰਲਖ ਦੇ ਰਾਖੇ ਵੀ ਜੇ ਗੱਲ ਸੁਣ ਲੈਣ ਜੇ ਚਿੰਤਾ ਕਰਨੀ ਹੈ ਤਾਂ ਤੁਹਾਨੂੰ ਪਹਿਲਾਂ ਇਸ ਗੱਲ ਦੀ ਚਿੰਤਾ ਕਰਨੀ ਪਵੇਗੀ ਕਿ ਪਿੰਡ-ਪਿੰਡ ਦੇ ਵਿੱਚ 4-5 ਗੁਰਦੁਆਰੇ ਕਿਉਂ ਬਣੇ ਨੇ ਗੁਰਦੁਆਰਾ ਇੱਕ ਕਿਉਂ ਨਹੀਂ ਹੈ ਜੇ ਚਿੰਤਾ ਕਰਨੀ ਹੈ ਤੇ ਮੇਰੇ ਕੁਝ ਸਵਾਲ ਨੇ ਇਹ ਸਵਾਲਾਂ ਦੇ ਜਵਾਬ ਹੀ ਤੁਹਾਡੀ ਸਮੱਸਿਆ ਦਾ ਹੱਲ ਹੋਣਗੇ ਫਿਰ ਤੁਹਾਡੀਆਂ ਚਿੰਤਾਵਾਂ ਜਿਹੜੀਆਂ ਨੇ ਖਤਮ ਹੋਣਗੀਆਂ ਦੂਜਾ ਮੇਰਾ ਸਵਾਲ ਸਿੱਖ ਸੰਗਤਾਂ ਨੂੰ ਤੇ ਗੋਲਕ ਦੇ ਰਾਖਿਆਂ ਨੂੰ ਇਹ ਹੈ ਗੁਰੂ ਘਰ ਦੇ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਦੀ ਤਨਖਾਹ ਕਿਤੇ 500 ਰੁਪਇਆ ਕਿਤੇ 5000 ਹੈ ਕਿਤੇ 1500 ਤੇ 3500 ਦਿੰਦੇ ਨੇ ਕਿਤੇ ਆਟੇ ਦਾਲ ਦੇ ਉੱਤੇ ਹੀ ਉਹ ਗੁਜ਼ਾਰਾ ਕਰ ਰਿਹਾ ਹੈ ਤੇ ਸਿੱਖ ਕੌਮ ਦਾ ਪ੍ਰਚਾਰ ਕਰਨ ਵਾਲੇ ਰਾਗੀ ਢਾਡੀਆਂ ਦੀ ਬੇਕਦਰੀ ਕਿਉਂ ਹੈ ਵੱਡਾ ਇੱਕ ਸਵਾਲ ਹੈ ਜੇ ਚਿੰਤਾ ਕਰਨੀ ਹੈ ਤੇ ਇਸ ਗੱਲ ਦੀ ਕਰੋ ਜੇ ਚਿੰਤਾ ਕਰਨੀ ਹੀ ਹੈ ਤੇ ਪਹਿਲਾਂ ਇਸ ਗੱਲ ਦੀ ਚਿੰਤਾ ਕਰਨੀ ਪਵੇਗੀ ਗੁਰੂ ਦੇ ਗੋਲਕ ਜਿਹੜੀ ਹੈ ਇਹ ਕਿਸੇ ਪ੍ਰਚਾਰ ਵਾਸਤੇ ਲਗਣੀ ਚਾਹੀਦੀ ਸੀ ਲੋੜਵੰਦ ਸਿੱਖਾਂ ਦੀ ਮਦਦ ਵਾਸਤੇ ਲਗਣੀ ਚਾਹੀਦੀ ਸੀ ਇਹ ਦੀ ਦੁਰਵਰਤੋਂ ਕਿਉਂ ਹੋ ਰਹੀ ਹੈ ਭਰਿਆਂ ਨੂੰ ਕਿਉਂ ਭਰਿਆ ਜਾ ਰਿਹਾ ਹੈ ਤੇ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਕੇ ਅਸੀਂ ਕਿੰਨੂ ਬੁਖਾਰ ਰਹੇ ਹਾਂ ਇੱਕ ਚਿੰਤਾ ਦਾ ਵਿਸ਼ਾ ਹੈ ਜੇ ਚਿੰਤਾ ਕਰਨੀ ਹੈ ਤੇ ਪਹਿਲਾਂ ਇਹਦੀ ਚਿੰਤਾ ਕਰਨੀ ਪਵੇਗੀ ਜੇ ਚਿੰਤਾ ਕਰਨੀ ਹੀ ਹੈ ਵੀ ਉਹਨਾਂ ਨੇ ਵੱਡਾ ਇਕੱਠ ਕਰ ਦਿੱਤਾ ਸਿੱਖ ਧਰਮ ਛੱਡ ਕੇ ਲੋਕ ईसाई ਬਣ ਰਹੇ ਨੇ ਹਿੰਦੂ ਬਣ ਰਹੇ ਨੇ ਜਾਂ ਹੋਰ ਧਰਮਾਂ 'ਚ ਜਾ ਰਹੇ ਨੇ ਤੇ ਚਿੰਤਾ ਇਸ ਗੱਲ ਦੀ ਕਰਨੀ ਪਵੇਗੀ ਵੀ ਘਰ-ਘਰ ਦੇ ਵਿੱਚ ਪਿੰਡਾਂ-ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕ ਕਬਰਾਂ ਦੇ ਪੁਜਾਰੀ ਹੋ ਰਹੇ ਨੇ ਤੇ ਕੌਣ ਲੋਕ ਨੇ ਜਿਹੜੇ ਘਰਾਂ-ਘਰਾਂ ਵਿੱਚ ਕਬਰਾਂ ਬਣਾ ਰਹੇ ਨੇ ਤੇ ਮੜੀਆਂ ਦੇ ਪਾਸ਼ਕ ਬਣਾ ਰਹੇ ਨੇ ਲੋਕਾਂ ਨੂੰ ਕਦੇ ਕਿਸੇ ਨੇ ਕਮੇਟੀ ਬਣਾਈ ਇਹਦੀ ਜਾਂਚ ਵਾਸਤੇ ਜਾਂ ਟਾਸਕ ਫੋਰਸ ਬਣਾਈ ਹੋਵੇ ਜਾਂ ਕਿਸੇ ਜਥੇਬੰਦੀ ਨੇ ਮੇਜਰਲ ਧਿਆਨ ਦਿੱਤਾ ਹੋਵੇ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜੇ ਚਿੰਤਾ ਕਰਨੀ ਹੀ ਹੈ ਤੇ ਇਸ ਗੱਲ ਦੀ ਕਰਨੀ ਚਾਹੀਦੀ ਹੈ ਕਿ ਗੁਰੂ ਦਾ ਸਰੂਪ ਧਾਰ ਕੇ ਅੰਮ੍ਰਿਤ ਧਾਰੀ ਹੋ ਕੇ ਸ਼ਰਾਬਾਂ ਪੀ ਕੇ ਕਈ ਡੱਗੇ ਹੁੰਦੇ ਨੇ ਨਾਲੀਆਂ ਗਲੀਆਂ ਦੇ ਵਿੱਚ ਗਾਦਰੇ ਪਾ ਕੇ ਸਿਰ ਤੇ ਪੱਗਾਂ ਬੰਨ ਕੇ ਦਾੜੇ ਖੱਲੇ ਛੱਡ ਕੇ ਇਹੋ ਜਿਹੇ ਕੋ ਕਰਮ ਕਰਦੇ ਨੇ ਨਸ਼ੇ ਕਰਦੇ ਨੇ ਜਿਹਨੂੰ ਵੇਖ ਕੇ ਲੋਕ ਕਹਿੰਦੇ ਨੇ ਆ ਸਿੱਖਾਂ ਦਾ ਹਾਲ ਵੇਖੋ ਤੇ ਲੋਕਾਂ ਦੇ ਮਨ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਸਿੱਖੀ ਸਰੂਪ ਦਾ ਮਾਣ ਸਤਕਾਰ ਹੈ ਉਹ ਖਤਮ ਕੀਤਾ ਜਾ ਰਿਹਾ ਹੈ ਇੱਕ ਵੱਡੀ ਡੂੰਗੀ ਛਾਜਸ਼ ਦੇ ਨਾਲ ਜਿਹਨੂੰ ਇਸ ਗੱਲ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਸਿੱਖ ਇਹੋ ਜਿਹੇ ਹੁੰਦੇ ਨੇ ਤੇ ਸਾਨੂੰ ਸਿੱਖੀ ਕਬੂਲ ਨਹੀਂ ਤੇ ਇਹੋ ਜਿਹੇ ਲੋਕਾਂ ਨੂੰ ਸੋਧਾ ਕੌਣ ਲਾਵੇਗਾ ਜੇ ਚਿੰਤਾ ਕਰਨੀ ਹੀ ਹੈ ਤੇ ਇਹੋ ਜਿਹੇ ਲੋਕਾਂ ਦੇ ਪ੍ਰਤੀ ਕਰੋ ਵੀ ਜਿਹੜੇ ਸਿੱਖੀ ਸਰੂਪ ਦੇ ਵਿੱਚ ਆਣ ਕੇ ਸਿੱਖੀ ਬਾਣੇ ਨੂੰ ਸਿੱਖੀ ਸਰੂਪ ਨੂੰ ਬਦਨਾਮ ਕਰ ਰਹੇ ਨੇ ਜੇ ਚਿੰਤਾ ਕਰਨੀ ਹੀ ਹੈ ਤੇ ਇਹੋ ਜਿਹੇ ਪ੍ਰਚਾਰਕਾਂ ਦੀ ਕਰੋ ਜਿਹੜੇ ਕਾਮਰੇਡੀ ਪ੍ਰਚਾਰਕ ਏਜੰਸੀਆਂ ਨੇ ਤੁਹਾਡੇ ਵਿੱਚ ਫਿੱਟ ਕੀਤੇ ਨੇ ਜਿਹੜੇ ਇਤਿਹਾਸ ਨੂੰ ਤੇ ਗੁਰਬਾਣੀ ਦੇ ਅਰਥਾਂ ਨੂੰ ਵਿਗਾੜ ਰਹੇ ਨੇ ਗੁਰੂ ਕੇ ਪਾਵਨ ਸਰੋਵਰਾਂ ਦੀ ਨਿਸ਼ਾਨ ਸਾਹਿਬਾਂ ਦੀ ਮਹਾਪੁਰਖਾਂ ਦੀ ਨਿੰਦਿਆ ਕਰ ਰਹੇ ਨੇ ਜਿਨੂੰ ਸੁਣ ਕੇ ਲੋਕ ਵਿਸ਼ਵਾਸਹੀਣ ਤੇ ਸ਼ਰਧਾਹੀਣ ਹੋ ਕੇ ਦੂਜੇ ਧਰਮਾਂ ਵਿੱਚ ਜਾ ਰਹੇ ਨੇ ਕਿ ਸਿੱਖ ਧਰਮ ਦੇ ਵਿੱਚ ਤਾਂ ਹੈ ਕੁਝ ਨਹੀਂ ਕੋਈ ਕਰਾਮਾਤ ਨਹੀਂ ਹੈ ਕੋਈ ਬਖਸ਼ਿਸ਼ ਨਹੀਂ ਹੈ ਕਿਸੇ ਤਰ੍ਹਾਂ ਦੀ ਕਲਾ ਨਹੀਂ ਵਾਪਰਦੀ ਇਤਿਹਾਸ ਮੇ ਇਤਿਹਾਸ ਕਹਿਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਪ੍ਰਚਾਰਕਾਂ ਨੂੰ ਸਿੱਖ ਸੰਗਤਾਂ ਕਦੋਂ ਨੱਥ ਪਾ ਰਹੀਆਂ ਨੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਚਿੰਤਾ ਤੇ ਸਵਾਲ ਹੈ ਜੇ ਚਿੰਤਾ ਕਰਨੀ ਹੀ ਹੈ ਇਸ ਗੱਲ ਦੀ ਕਰੋ ਕਿ ਜਿਹਨੂੰ ਮਰਜ਼ੀ ਆਵਾਜ਼ ਮਾਰ ਕੇ ਕਿਹਾ ਜਾਂਦਾ ਉਹ ਨਵੀਂ ਜਾਤ ਵਾਲਿਆ ਇਹ ਮਜਬੀ ਹੈ ਇਹ ਸਾਂਸੀ ਹੈ ਇਹ ਫਲਾਨ ਹੈ ਢੀਂਗ ਹੈ ਤਰਾਂ ਤਰਾਂ ਦੇ ਸ਼ਬਦ ਵਰਤ ਕੇ ਬੇਕਦਰੀ ਕੀਤੀ ਜਾ ਰਹੀ ਹੈ ਬੇਤੀ ਕੀਤੀ ਜਾ ਰਹੀ ਹੈ ਉਹਨਾਂ ਦੇ ਮਾਨ ਸਨਮਾਨ ਨੂੰ ਫੇਸ ਪਹੁੰਚਾ ਕੇ ਅਸੀਂ ਕਿਹੜੀ ਸਿੱਖੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਇਹੋ ਜਿਹੇ ਆਪੋ ਬਣੇ ਜਿਹੜੇ ਅਖੌਤੀ ਕੁਝ ਜੱਟ ਨੇ ਦੂਜਿਆਂ ਨੂੰ ਨੀਵੇਂ ਪੜਾ ਕੇ ਆਪ ਵੱਡੇ ਮਹਾਨ ਬਾਨਾ ਚਾਹੁੰਦੇ ਨੇ ਇਹੋ ਜਿਹੀ ਲੋਕਾਂ ਨੂੰ ਸਵਾਲ ਕੀਤਾ ਕਦੇ ਕਿਸੇ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਬਲਾ ਕੇ ਇਹਨਾਂ ਨੂੰ ਸਜਾ ਲਈ ਹੋਵੇ ਵੀ ਗੁਰੂ ਤੇ ਆਉਂਦਾ ਹੈ ਕਿ ਮਾਨਸਕੀ ਜਾਤ ਸਭਾ ਏਕਾ ਪਹਿਚਾਨ ਬੋ ਤੇ ਨੀਵੀਂ ਛੋਟੀ ਜਾਤ ਵਾਲਿਆਂ ਨੂੰ ਕਿਹਾ ਕਿ ਫਟਕਾਰਦੇ ਹੋਗੇ ਇੱਕ ਵੱਡਾ ਆਪਣੇ ਆਪ ਦੀ ਵਿੱਚ ਚਿੰਤਾ ਦਾ ਵਿਸ਼ਾ ਹੈ ਜੇ ਤੁਸੀਂ ਆਂਦੇ ਵੀ ਵੱਡੇ ਸਾਈਆਂ ਦੇ ਇਕੱਠ ਇੱਕ ਵੱਡਾ ਵਿਸ਼ਾ ਹਨ ਚਿੰਤਾ ਦਾ ਵਿਸ਼ਾ ਹਨ ਤੇ ਇੱਕ ਵਿਸ਼ਾ ਇਹ ਵੀ ਹਨ ਪਿੰਡਾਂ ਸ਼ਹਿਰਾਂ ਦੇ ਵਿੱਚ ਨੌਜਵਾਨ ਗਾਣੇ ਸੁਣਨ ਲੱਗ ਪਏ ਨੇ ਗਾਉਣ ਵਾਲਿਆਂ ਦੇ ਫੈਨ ਹੋ ਰਹੇ ਨੇ ਜੇ ਪਿੰਡ ਪਿੰਡ ਵਿੱਚ ਜਿੱਥੇ ਗੁਰਬਾਣੀ ਦੀ ਸੰਧਿਆ ਚੱਲਣੀ ਸੀ ਗੱਤਕੇ ਦੀਆਂ ਕਲਾਸਾਂ ਲੱਗਣੀਆਂ ਸਨ ਉੱਥੇ ਭੰਗੜੇ ਪਾਉਣ ਦੀਆਂ ਕੋਚਿੰਗਾਂ ਦਿੱਤੀਆਂ ਜਾ ਰਹੀਆਂ ਨੇ ਤੇ ਯੋਗਾ ਕਰਨਾ ਸਿਖਾਇਆ ਜਾ ਰਿਹਾ ਹੈ ਗੋਲਕਾਂ ਦੇ ਰਾਖੇ ਕਦੇ ਇਸ ਪਾਸੇ ਵੀ ਧਿਆਨ ਦੇਣਗੇ ਦੂਜਿਆਂ ਦੇ ਇਕੱਠ ਦੀ ਚਿੰਤਾ ਕਰਨ ਵਾਲਿਆਂ ਨੂੰ ਮੇਰਾ ਵੀ ਸਵਾਲ ਹੈ ਕੀ ਕਦੇ ਕੋਈ ਇਹੋ ਜਿਹਾ ਗੁਰਮਤ ਸਮਾਗਮ ਵੀ ਹੋਵੇਗਾ ਜਿਸ ਸਮਾਗਮ ਦੇ ਵਿੱਚ ਤੁਸੀਂ ਲੋੜਵੰਦ ਸਿੱਖਾਂ ਦੀ ਮਦਦ ਕਰੋਗੇ ਜਿਹੜੇ ਅਪਾਜ ਹੋ ਚੁੱਕੇ ਨੇ ਜਿਹੜੇ ਕੁਝ ਕਰ ਨਹੀਂ ਸਕਦੇ ਕੁਝ ਬੀਬੀਆਂ ਸਿੱਖ ਬੀਬੀਆਂ ਵਿਧਵਾ ਹੋ ਗਈਆਂ ਨੇ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ ਜਿਹੜੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਜਦ ਦਵਾਈ ਚੁੱਕੇ ਪੈਸੇ ਨਹੀਂ ਨੇ ਕੀ ਕਦੇ ਇਹੋ ਜਿਹੇ ਸਮਾਗਮਾਂ ਦੇ ਵਿੱਚ ਵੀ ਅਲਾਸਮੈਂਟ ਹੋਵੇਗੀ ਭਾਈ ਆਓ ਜੇ ਕੋਈ ਇਹੋ ਜਿਹਾ ਲੋੜਵੰਦ ਸਿੱਖ ਹੈ ਤੇ ਆਓ ਅਸੀਂ ਉਹਦੀ ਮਦਦ ਕਰਾਂਗੇ ਇਸ ਵਾਰੀ ਅਸੀਂ ਲੱਖਾਂ ਰੁਪਏ ਸਮਾਗਮ ਵਿੱਚ ਬਰਬਾਦ ਨਹੀਂ ਕਰਨੇ ਆਪਾਂ ਸਿੱਖਾਂ ਦੀ ਮਦਦ ਕਰਨੀ ਹੈ ਜਿਹੜੇ ਸਾਡੇ ਭੈਣ ਭਰਾ ਪਿਛੇ ਰਹਿ ਚੁਕੇ ਨੇ ਜੇ ਇਹੋ ਜਿਹਾ ਕੋਈ ਨੰਬਰ ਕਦੇ ਅਲਾਉਟ ਕਰੋਗੇ ਜਿਹਦੇ ਉੱਤੇ ਫੋਨ ਕਰਕੇ ਕੋਈ ਤੁਹਾਨੂੰ ਸਿੱਖ ਆਪਣੀ ਮਜਬੂਰੀ ਦੱਸੇ ਤੇ ਤੁਸੀਂ ਉਹਨੂੰ ਇਹ ਗੱਲ ਕਹਿ ਸਕੋ ਕਿ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਸਿੱਖ ਭਰਾ ਜਿਉਂਦੇ ਆਂ ਤੁਹਾਡੀ ਘਰਾਂ ਕਿ ਮਦਦ ਕਰਾਂਗੇ ਜੇ ਚਿੰਤਾ ਕਰਨੀ ਹੈ ਤੇ ਇਸ ਗੱਲ ਦੀ ਕਰੋ ਵੀ ਇਹੋ ਜੇ ਨੰਬਰ ਤੇ ਇਹੋ ਜੇ ਸਮਾਗਮ ਲੋੜਵੰਦਾਂ ਦੇ ਲਈ ਕਦੋਂ ਬਣਾਏ ਜਾਣਗੇ ਜੇ ਚਿੰਤਾ ਕਰਨੀ ਹੈ ਤੇ ਇਸ ਗੱਲ ਦੀ ਕਰੋ ਜਿੱਦਣੇ ਨਾ ਸਾਰੇ ਸਵਾਲਾਂ ਦੇ ਜਵਾਬ ਗ੍ਰਾਉਂਡ ਲੈਵਲ ਦੇ ਤੇ ਤੁਸੀਂ ਦੇ ਦਿਓਗੇ ਕੁਝ ਕਰਕੇ ਵਿਖਾ ਦਿਓਗੇ ਉਸ ਦਿਨ ਸਿੱਖੀ ਨੂੰ ਸਿੱਖ ਧਰਮ ਨੂੰ ਤੇ ਸਿਖਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਸੇ ਤਰ੍ਹਾਂ ਦਾ ਡਰ ਨਹੀਂ ਇੱਕ ਗੱਲ ਹੋਰ ਯਾਦ ਰੱਖਿਓ ਵੀ ਲੋਕੀ ਤੁਹਾਡੇ ਵੱਲ ਖਿੱਚੇ ਤੁਰੇ ਆਉਣਗੇ ਲੋਕੀ ਤੁਹਾਡੇ ਕੋ ਆਣ ਕੇ ਆਪ ਕਹਿਣਗੇ ਵੀ ਸਾਨੂੰ ਆਪਣੇ ਧਰਮ ਦੇ ਵਿੱਚ ਸ਼ਾਮਲ ਕਰ ਲਓ ਪਰ ਇਹ ਸਾਡੀਆਂ ਕੁਝ ਕਮਜ਼ੋਰੀਆਂ ਨੇ ਜਿਹੜੀਆਂ ਬਾਬੇ ਫਰੀਦ ਸਾਹਿਬ ਦੇ ਬਚਨਾਂ ਦੇ ਅਨੁਸਾਰ ਸਾਨੂੰ ਵਚਣੀਆਂ ਪੈਣਗੀਆਂ ਗੁਰਬਾਣੀ ਦਾ ਪਾਵਨ ਬਚਨ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਹੈ ਆਪ ਨੜੇ ਗਿਰੀਵਾਣਵੇਂ ਸਿਰ ਨੀਵਾ ਕਰ ਦੇ ਇਹ ਸਾਡੇ ਵਿੱਚ ਆ ਚੁਕੀਆਂ ਆਪਣੀਆਂ ਖੁਦ ਦੀਆਂ ਕਮਜ਼ੋਰੀਆਂ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਸਿਰ ਨੀਵਾ ਕਰਕੇ ਵੇਖਣ ਦੀ ਲੋੜ ਹੈ ਕੱਲੇ ਪ੍ਰਚਾਰ ਦੇ ਨਾਲ ਕੁਝ ਨਹੀਂ ਹੋਣਾ ਪ੍ਰਚਾਰ ਬੜਾ ਹੋ ਰਿਹਾ ਹੈ بڑے بڑے ਕੀਰਤਨ ਸਮਾਗਮ ਹੋ ਰਹੇ ਨੇ بڑے بڑے ਮਹਾਪੁਰਖਾਂ ਦੇ ਸਮਾਗਮ ਹੋ ਰਹੇ ਨੇ ਬਹੁਤ ਕੁਝ ਐਸਾ ਕੀਤਾ ਜਾ ਰਿਹਾ ਹੈ ਪਰ ਜਿਹੜੇ 8 9 10 ਸਵਾਲ ਕੀਤੇ ਨੇ ਪਹਿਲਾਂ ਇਹਨਾਂ ਨੂੰ ਹੱਲ ਕਰਨ ਦੀ ਲੋੜ ਹੈ ਜਦੋਂ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋ ਜਾਵੇਗਾ ਸਿੱਖ ਇੱਕ ਜਗ੍ਹਾ ਇਕੱਠੇ ਹੋ ਜਾਣਗੇ। ਉਹ ਦਿਨ ਸਿੱਖੀ ਦੀ ਗੱਲ ਸਹੀ ਕੰਨਾਂ ਵਿੱਚ ਪਹੁੰਚੇਗੀ। ਬੜੇ ਵਿਸ਼ੇ ਨੇ ਜਿਹੜੇ ਬਹਿ ਕੇ ਵਿਚਾਰੇ ਜਾ ਸਕਦੇ ਨੇ। ਇੱਕ ਮਤ ਹੋਣ ਦੀ ਲੋੜ ਹੈ ਜਿਸੇ ਬੰਦੀਆਂ ਨੂੰ। ਸਾਰੇ ਸਿੱਖ ਇਕੱਠੇ ਨਾ ਹੋਏ ਤੇ ਹਾਲਾਤ ਇਰਤੋਂ ਵੀ ਬੱਦਰ ਹੋਣਗੇ। ਇਹ ਗੱਲ ਯਾਦ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।